ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਫਗਾਨਿਸਤਾਨ ਦੇ ਸਕੂਲ ਦੇ ਵਿੱਚ 80 ਵਿਦਿਆਰਥੀਆਂ ਨੂੰ ਦਿੱਤਾ ਗਿਆ ਜ਼ਹਿਰ ਰਿਪੋਰਟ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ਿਰਕਤ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਦੇ ਵੀਡੀਓ ਨੂੰ ਆਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉੱਤਰੀ ਅਫਗਾਨਿਸਤਾਨ ਦੇ ਵਿੱਚ ਦੋ ਵਖਵਾ ਘਟਨਾਵਾਂ ਵਿੱਚ 80 ਪ੍ਰਾਇਮਰੀ ਸਕੂਲ ਵਿਦਿਆਰਥੀਆਂ ਨੂੰ ਜ਼ਹਿਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਇੱਕ ਸਥਾਨਕ ਸਿੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਅਗਸਤ 2021 ਦੇ ਵਿੱਚ ਤਾਲਿਬਾਨ ਦੇ ਸੱਤਾ 'ਚ ਆਉਣ ਵਾਲੇ ਅਫਗਾਨ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਤੇ ਆਜ਼ਾਦੀਆਂ ਨੂੰ ਦਬਾਉਣ ਤੋਂ ਬਾਅਦ ਇਹ ਅਜਿਹਾ ਮਾਮਲਾ ਪਹਿਲਾ ਸਾਹਮਣੇ ਆਇਆ ਹੈ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਜੇਰ ਦੇਣ ਵਾਲੇ ਵਿਅਕਤੀ ਦੇ ਨਿੱਜੀ ਰੰਜਿਸ਼ ਸੀ ਇਹ ਘਟਨਾ ਵਾਸ ਰੇਪੂਲ ਸੂਬੇ 'ਚ ਸ਼ਨੀਵਾਰ ਤੇ ਐਤਵਾਰ ਨੂੰ ਵਾਪਰੀਆਂ ਸੂਬਾਈ ਸਿੱਖਿਆ ਵਿਭਾਗ ਨੇ ਮੁਖੀ ਮੁਹੰਮਦ ਰਹੀਮਾਨ ਨੇ ਦੱਸਿਆ ਕਿ ਜ਼ਹਿਰ ਦੀ ਘਟਨਾ ਸੰਗਚਰਕ ਜ਼ਿਲ੍ਹੇ 'ਚ ਹੋਈ ਉਹਨਾਂ ਦੱਸਿਆ ਕਿ ਨਸਵਾਨ ਇੱਕ ਬੋਧ ਆਬ ਸਕੂਲ ਦੇ ਵਿੱਚ ਪੰਜਾਬ ਵਿਦਿਆਰਥੀਆਂ ਨੂੰ ਜ਼ਹਿਰ ਦਿੱਤਾ ਗਿਆ ਅਤੇ ਨਸਵਾਨ ਫੈਜ਼ਾਬਾਦ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਜ਼ਹਿਰ ਦਿੱਤਾ ਗਿਆ ਅਜੇ ਤੱਕ ਇਸ ਗਾਲ ਦੀ ਸੂਚਨਾ ਨਹੀਂ ਹੈ ਕਿ ਲੜਕਿਆਂ ਨੂੰ ਜ਼ਹਿਰ ਕਿਵੇਂ ਦਿੱਤਾ ਗਿਆ ਲੜਕਿਆਂ ਦੀ ਉਮਰ ਅਤੇ ਉਹ ਕਿਹੜੇ ਸਮਾਚ ਚ ਪੜਦੀਆਂ ਨੇ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ